ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 6 ਪੋਹ ਸਿੱਖ ਇਤਿਹਾਸ ਦੇ ਅੰਦਰ ਬੜਾ ਮਹੱਤਵਪੂਰਨ ਅਹਿਮ ਦਿਹਾੜਾ ਹੈ। ਕਿਸੇ ਲਈ ਵੀ ਆਪਣਾ ਘਰ ਛੱਡਣਾ, ਆਪਣਾ ਪਰਿਵਾਰ ਛੱਡਣਾ, ਆਪਣੀ ਜਾਇਦਾਦ ਛੱਡਣੀ, ਇਹ ਬਹੁਤ ਔਖੀ ਹੁੰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਅਤੇ ਅਨੰਦਪੁਰ ਸਾਹਿਬ ਦੇ ਆਪਣੇ ਵਸੇਵੇ ਨੂੰ ਤਿਆਗਿਆ। ਕਈ ਮਹੀਨੇ ਮੁਗਲਾਂ ਅਤੇ ਪਹਾੜੀਆਂ ਦੀਆਂ ਸਾਂਝੀਆਂ ਫੌਜਾਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਰੱਖਿਆ ਔਰ ਇਸ ਘੇਰੇ ਦੌਰਾਨ ਕਈ ਵਾਰ ਲੜਾਈ ਹੋਈ, ਜਿਸ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਾਣਾਂ ਤੋਂ ਪਿਆਰੇ ਸਿੱਖਾਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ। ਆਖਰ 6 ਅਤੇ 7 ਪੋਹ ਦੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਆਪਣਾ ਵਸੇਵਾ ਜਿਹੜਾ ਸੀ ਉਹ ਛੱਡ ਦਿੱਤਾ। ਬੜੇ ਮੁਸ਼ਕਲ ਹਾਲਾਤ ਸੀ। ਜਦੋਂ ਅਸੀਂ ਇਤਿਹਾਸ 'ਤੇ ਝਾਤ ਮਾਰਦੇ ਹਾਂ, ਇੱਕ ਪੋਹ ਦੀ ਸਰਦ ਰਾਤ, ਕੜਾਕੇ ਦੀ ਸੰਡ, ਧੁੰਦ ਦਾ ਪਸਾਰਾ ਔਰ ਸਰਸਾ ਦਾ ਅੱਗੇ ਆਉਣਾ ਅਤੇ ਦੁਸ਼ਮਣ ਦੀਆਂ ਫੌਜਾਂ ਦਾ ਘੇਰਾ, ਪਰ ਇਸ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਵੱਲ ਆਏ। ਬੇਸ਼ੱਕ ਸਰਸਾ ਪਾਰ ਕਰਦੇ ਹਾਂ, ਸਤਿਗੁਰਾਂ ਦਾ ਪਰਿਵਾਰ ਵਿਛੜਿਆ, ਕੇਵਲ ਪਰਿਵਾਰ ਹੀ ਨਹੀਂ ਵਿਛੜਿਆ ਬਲਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਾਣਾਂ ਤੋਂ ਪਿਆਰੇ ਸਿੰਘਾਂ ਨੇ ਆਪਣੀ ਮਹਾਨ ਸ਼ਹਾਦਤ ਵੀ ਦਿੱਤੀ ਔਰ ਬਹੁਤ ਵੱਡਾ ਕੀਮਤੀ ਖਜ਼ਾਨਾ, ਖਾਸ ਤੌਰ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਜਾਂ ਉਹਨਾਂ ਦੀ ਨਿਗਰਾਨੀ ਵਿੱਚ ਰਚਿਆ ਸਾਹਿਤ ਸਰਸਾ ਪਾਰ ਕਰਦੇ ਵਕਤ ਦਰਿਆ ਬੁਰਦ ਹੋ ਗਿਆ। ਇਹ ਬਹੁਤ ਵੱਡਾ ਘਾਟਾ ਹੁੰਦਾ ਹੈ ਕਿਸੇ ਵੀ ਕੌਮ ਵਾਸਤੇ, ਕਿਸੇ ਵੀ ਦੇਸ਼ ਵਾਸਤੇ, ਜਦੋਂ ਉਹਦਾ ਅਮੋਲਕ ਸਾਹਿਤ ਜਿਹੜਾ ਹੈ ਉਹ ਬਰਬਾਦ ਹੁੰਦਾ ਹੈ, ਚਾਹੇ ਉਹ ਦਰਿਆ ਦੇ ਵਿੱਚ ਰੁੜ ਜਾਂਦਾ ਹੈ, ਚਾਹੇ ਉਹ ਅੱਗਾਂ ਲਾ ਕੇ ਸਾੜ ਦਿੱਤਾ ਜਾਂਦਾ ਹੈ, ਜਿਵੇਂ ਕਿਸੇ ਵੇਲੇ ਨਾਲੰਦਾ ਅਤੇ ਤਕਸਲਾ ਦੀਆਂ ਯੂਨੀਵਰਸਿਟੀਆਂ ਸਾੜੀਆਂ ਗਈਆਂ ਜਾਂ ਸੰਨ 1984 ਦੇ ਵਿੱਚ ਸਿੱਖਾਂ ਦਾ ਸਾਹਿਤ, ਸਿੱਖਾਂ ਦਾ ਇਤਿਹਾਸ, ਸਿੱਖਾਂ ਦਾ ਲਿਟਰੇਚਰ ਜਿਹੜਾ ਸੀ ਲਾਇਬ੍ਰੇਰੀ ਦੇ ਵਿੱਚ ਪਿਆ ਹੋਇਆ ਉਸਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਤਾਂ ਅੱਜ ਦੇ ਦਿਨ ਸਰਸਾ ਦੇ ਵਿੱਚ ਬਹੁਤ ਸਾਰਾ ਸਿੱਖ ਸਾਹਿਤ ਜਿਹੜਾ ਸੀ ਉਹ ਦਰਿਆ ਬੁਰਦ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਵਿਛੜਿਆ, ਵੱਡੇ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਅਤੇ ਛੋਟੇ ਸਾਹਿਬਜ਼ਾਦੇ ਮਾਤਾ ਜੀ ਦੇ ਨਾਲ ਦਿੱਲੀ ਵੱਲ ਨੂੰ ਚਲੇ। ਇਹ ਔਖੀ ਰਾਤ ਸੀ ਜੇ ਅਸੀਂ ਦੁਨਿਆਵੀ ਨਜ਼ਰ ਦੇ ਨਾਲ ਦੇਖੀਏ, ਪਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹੜੇ ਅਕਾਲ ਪੁਰਖ ਸਰੂਪ ਸਨ ਅਤੇ ਅਕਾਲ ਪੁਰਖ ਦਾ ਹੁਕਮ ਜਿਹਨਾਂ ਲਈ ਪਰਮ ਸੱਤ ਸੀ, ਉਹਨਾਂ ਨੇ ਐਡੇ ਔਖੇ ਹਾਲਾਤਾਂ ਦੇ ਵਿੱਚ ਵੀ ਉਸ ਅਕਾਲ ਪੁਰਖ ਦੇ ਸਬਰ ਨੂੰ, ਉਸ ਅਕਾਲ ਪੁਰਖ ਵੱਲੋਂ ਦਿੱਤੇ ਹੁਕਮ ਨੂੰ ਸੱਤ ਕਰਕੇ ਮੰਨਿਆ ਔਰ ਸਾਨੂੰ ਸਿਖਾਇਆ ਕਿ ਕਿਸ ਤਰ੍ਹਾਂ ਮੁਸ਼ਕਲਾਂ ਦੇ ਵਿੱਚ ਵੀ ਸਬਰ ਰੱਖਣਾ ਅਤੇ ਉਸ ਅਕਾਲ ਪੁਰਖ ਦੇ ਹੁਕਮ ਨੂੰ ਸੱਤ ਕਰਕੇ ਮੰਨਣਾ ਸਿੱਖ ਲਈ ਕਿੰਨਾ ਅਹਿਮ ਹੈ ਔਰ ਕਿੰਨਾ ਜ਼ਰੂਰੀ ਹੈ ਔਰ ਕਿੰਨਾ ਸੁੱਖ ਬਖਸ਼ਦਾ ਹੈ, ਕਿੰਨਾ ਸਕੂਨ ਬਖਸ਼ਦਾ ਹੈ। ਅਸੀਂ ਅੱਜ ਇਸ ਮਹਾਨ ਪਾਵਨ ਅਹਿਮ ਦਿਨ ਨੂੰ ਯਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।